की बोलिए यार, हारियां हुई फौजां या फिर बिना फौजां का जरनैल। वैसे मैं दाज के विरुद्ध हाँ, मैं उन्होंने याद करवाना चाहना हरियां हुई फौजां के जरनैल बिना फौजां जरनैल कि तुम भी अज तक जमानत से चल रहे हो, ड्रग वाली जमानत आए हुए हो, तुहानू बोलण का भी अधिकार है नहीं इस गल बारे। कृपा करके यह जी जिहड़ियां सियाणपां जां प्रवचन आपके कोल ही रखो। सरकार सानू चलाउणी आउंदी है, असीं चलावांगे। हाँ, इन्हां नालों बेहतर चलाउणी आउंदी है, असीं कोई माफिया नहीं पैदा कर रहे। सो बाकी लफाफे खोलणगे, एक मिनट रेवन्यू भी दस दें, लफाफे तां खोल लईए पहलां। लफाफे खोलणगे जिहड़े कोर्ट दे विच पए ने, ਉਹ ਵੀ ਡਰ ਹੈ। ਕਹਿੰਦੇ ਜੀ ਲਿਫਾਫੇ ਕਿਉਂ ਖੋਲਦੇ ਨੇ, ਉਹ ਲਿਫਾਫੇ ਫਿਰ ਕੋਰਟ 'ਚ ਕੀ ਕਰਦੇ ਨੇ, ਲਿਫਾਫੇ ਖੋਲਣਗੇ ਸਾਰੇ ਲਿਫਾਫੇ ਜਿੰਨੇ ਪਏ ਨੇ ਸੀ। ਮੈਂ ਕਿਹਾ ਜੀ ਲਿਫਾਫੇ 'ਚ ਮੈਨੂੰ ਕੀ ਪਤਾ ਕੀ ਹੈ, ਜਦੋਂ ਖੁੱਲਣਗੇ ਉਦੋਂ ਪਤਾ ਲੱਗੂਗਾ। ਰਿਪੋਰਟਾਂ ਨੇ ਜੀ, ਅਲੱਗ ਅਲੱਗ ਐਸ ਆਈ ਟੀ ਦੀ ਰਿਪੋਰਟ ਹੈ, ਕੋਈ ਕਿਸੇ ਕਮਿਸ਼ਨ ਦੀ ਰਿਪੋਰਟ ਹੈ, ਕਿਸੇ ਦਾ ਡਰੱਗ 'ਚ ਹੱਥ ਹੋ ਸਕਦਾ, ਕਿਸੇ ਦਾ ਕੋਈ ਕਿਸੇ ਹੋਰ ਜਿਹੜਾ ਜੁਰਮ 'ਚ ਹੱਥ ਹੋ ਸਕਦਾ। ਬੰਦ ਲਿਫਾਫਿਆਂ ਨੂੰ ਸਰਕਾਰ ਨੇ ਅਨੁਮਤੀ ਦੇ ਦਿੱਤੀ, ਸਾਰੇ ਖੋਲੋ, ਪਬਲਿਕ ਦੇ ਸਾਹਮਣੇ ਖੋਲੋ, ਜਿਹੜਾ ਵੀ ਨਾਂ ਹੋਇਆ ਉਹਦੇ ਵਿੱਚ ਉਹਦੇ ਕਾਰਵਾਈ ਕਰਾਂਗੇ ਜੀ। ਇਹ ਸਿਆਪਾ ਪਾਇਆ ਕੀ ਨਹੀਂ ਸੀਗਾ, ਇਹਨਾਂ ਦੇ ਲੀਡਰਾਂ ਦੇ ਨਾਂ ਰੇਤੇ 'ਤੇ ਰੱਖਣ ਲੱਗੇ ਸੀ। ਉਹਨਾਂ ਨੂੰ ਪੁੱਛ ਲਿਓ ਸੱਜੇ ਖੱਬੇ ਕਿਹੜਾ ਬੈਠਾ ਹੁੰਦਾ, ਰੇਤਾ ਬਰਕੰਦੀ। ਕੀ ਸਰਕਾਰ ਨੇ ਰੇਤ ਤੋਂ ਰੈਵਨਿਊ ਕਿੰਨਾ ਜਨਰੇਟ ਕਰਨਾ, ਇਹ ਚੈਲੰਜ ਸੀਗਾ। ਜਿਹੜੀਆਂ ਇਹ 17 ਖੱਡਾਂ ਦਾ ਐਸਟੀਮੇਟ ਕੀ ਹੈਗਾ, ਸਰਕਾਰ ਦੇ ਖਜ਼ਾਨੇ 'ਚ ਕਿੰਨਾ ਕਿੰਨਾ ਰੈਵਨਿਊ ਤੁਸੀਂ ਜਨਰੇਟ ਕਰ ਪਾਓਗੇ। ਦੂਸਰੀ ਚੀਜ਼, ਤੁਸੀਂ ਪਿਛਲਿਆਂ ਦਾ ਜਿਨ੍ਹਾਂ ਦਾ ਜ਼ਿਕਰ ਕਰ ਰਹੇ ਹੋ, ਉਹਨਾਂ ਤੋਂ ਕੱਲ੍ਹ ਨੇ ਇੱਕ ਬਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕੀਤੀ, ਕਹਿੰਦੇ ਵੀ ਐਸੇ ਵਿਅਕਤੀਆਂ ਨੂੰ ਰੇਤ ਖੱਡਾਂ ਅਲੋਟ ਕੀਤੀਆਂ ਗਈਆਂ। ਇੱਕ ਤੇ ਕਾਂਗਰਸ ਦੇ ਬੜੇ ਕਾਂਗਰਸ ਦੇ ਬੰਦੇ ਨੇ ਕੋਈ ਖਾਸ, ਜਿਹੜੇ ਖੜਗੇ ਤੱਕ ਫੋਟੋਆਂ ਉਹਨਾਂ ਨੇ ਕੱਲ ਦਿਖਾਈਆਂ, ਤੇ ਦੂਸਰਾ ਕਹਿੰਦੇ ਇੱਕ ਪੀਓ ਹੋਏ ਦੇ ਬੰਦੇ ਨੂੰ ਰੇਤ ਖੱਡਾਂ ਅਲੋਟ ਕਰ। ਉਹਨਾਂ ਨੇ ਚੌਧਰੀ ਤੇ ਚੌਧਰੀ ਦਾ ਨਾਮ ਲਿੱਤਾ, ਰਾਜੇਸ਼ ਚੌਧਰੀ ਦਾ ਨਾਮ ਚੌਧਰੀ ਕਿਹਨੇ ਲੈਣਾ, ਬਿਕਰਮ ਮਜੀਠੀਆ। ਕੀ ਬੋਲੀਏ ਯਾਰ, ਹਾਰੀਆਂ ਹੋਈਆਂ ਫੌਜਾਂ ਜਾਂ ਫਿਰ ਬਿਨਾਂ ਫੌਜਾਂ ਦਾ ਜਰਨੈਲ। ਵੈਸੇ ਮੈਂ ਦਾਜ ਦੇ ਵਿਰੁੱਧ ਹਾਂ, ਉਹਨਾਂ ਨੂੰ ਇਹ ਪੁੱਛਣ ਵਾਲਾ ਹੈ ਕਿ ਇਹ ਸਿਆਪਾ ਪਾਇਆ ਕੀ ਨਹੀਂ ਸੀਗਾ, ਇਹਨਾਂ ਦੇ ਲੀਡਰਾਂ ਦੇ ਨਾਂ ਰੇਤੇ 'ਤੇ ਰੱਖਣ ਲੱਗੇ ਸੀ। ਉਹਨਾਂ ਨੂੰ ਪੁੱਛ ਲਿਓ ਸੱਜੇ ਖੱਬੇ ਕਿਹੜਾ ਬੈਠਾ ਹੁੰਦਾ, ਰੇਤਾ ਬਰਕੰਦੀ। ਠੀਕ ਹੈ ਜੀ, ਉਹਨਾਂ ਦੇ ਆਪਦੇ ਮਾਫੀਏ ਨੇ, ਇਹ ਤਾਂ ਆਪ ਕਰਦੇ ਰਹੇ ਨੇ ਇਹ ਕੰਮ। ਸਾਡੀ ਸਰਕਾਰ ਮਾਣਯੋਗ ਹਾਈ ਕੋਰਟ ਦੁਆਰਾ ਨਿਯਮਾਂ ਮੁਤਾਬਕ ਜਿਹੜਾ ਰਕੇਸ਼ ਚੌਧਰੀ ਸੀ ਉਹਨੇ 6 ਕਰੋੜ ਰੁਪਏ ਉਹਦੇ ਪਰ ਲੈਂਦਾ ਸੀ, ਉਹਨੇ ਭਰਤਾ। ਉਸ ਤੋਂ ਬਾਅਦ ਉਹਦਾ ਜਿੰਨੀ ਤਰੀਕ ਤੱਕ ਕੰਟਰੈਕਟ ਹੈ, ਹਾਈ ਕੋਰਟ ਨੇ ਕਿਹਾ ਇਹਨੂੰ ਚੱਲਣ ਦਿਓ। ਉਸ ਤੋਂ ਬਾਅਦ ਕੰਟਰੈਕਟ ਜਿਹੜੇ ਨੇ ਨਿਊ ਕਰਨੇ ਨੇ, ਰੀਨਿਊ। ਜੇ ਫਿਰ ਦੁਬਾਰਾ ਅਸੀਂ ਕਿਸੇ ਟੇਂਟਡ ਬੰਦੇ ਨੂੰ ਦੇਤਾ, ਫਿਰ ਬਿਨਾ ਫੌਜਾਂ ਵਾਲਾ ਜਰਨੈਲ ਸਹੀ ਹੈ। ਜਦੋਂ ਅਸਲ 'ਚ ਉਹਨਾਂ ਨੂੰ ਆਹ ਪ੍ਰੋਬਲਮ ਆ ਗਈ ਨਾ ਕਿ ਤਾਂ ਹੁਣ ਸਾਰਾ ਕੁਝ ਹੀ ਜਾਈ ਜਾਂਦਾ। ਸੋ ਕਿਰਪਾ ਕਰਕੇ ਉਹ ਬੰਦੇ ਨਾ ਬੋਲਣ ਜਿਨ੍ਹਾਂ ਨੇ ਇਸੇ ਗੰਗਾ 'ਚ ਹੱਥ ਧੋਤੇ ਹੋਏ ਨੇ। ਸੋ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਆਪਣੀ ਪਾਰਟੀ ਸੰਭਾਲ ਲਓ। ਹਰ ਰੋਜ਼ ਕੋਈ ਨਾ ਕੋਈ ਗਾਲਾਂ ਕੱਢ ਕੇ ਉਹਨਾਂ ਨੂੰ ਚਲਾ ਜਾਂਦਾ, ਇੱਕ ਅੱਧਾ ਰਹਿ ਗਿਆ ਉਹਨਾਂ ਕੋਲ, ਅਤੇ ਉਹਨਾਂ ਨੇ ਆਉਣਾ ਹੁੰਦਾ ਆ ਕੇ ਕਾਗਜ਼ ਲਿਆ ਕੇ ਬੋਲ ਪੈਂਦੇ ਨੇ, ਕੋਈ ਯਕੀਨ ਨਹੀਂ ਉਹਨਾਂ 'ਤੇ ਕਰਦਾ। ਇਸੇ ਕਰਕੇ ਲੋਕਾਂ ਨੇ ਰਿਜੈਕਟ ਕੀਤੇ ਨੇ ਉਹ। ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੀਅਤ ਸਾਫ਼ ਹੈ, ਹਾਈ ਕੋਰਟ ਦੇ ਨਿਯਮਾਂ ਮੁਤਾਬਕ ਆਹ ਖੱਡਾਂ ਚੱਲ ਰਹੀਆਂ ਨੇ, ਅਸੀਂ ਕਾਨੂੰਨ ਮੁਤਾਬਕ ਜਦੋਂ ਅਗਲਾ ਕਮਰਸ਼ੀਅਲ ਖੱਡਾਂ ਦਾ ਜਦੋਂ ਜਿਹੜਾ ਟੈਂਡਰ ਹੋਣਗੇ, ਸਹੀ ਬੰਦਿਆਂ ਨੂੰ, ਤਜਰਬੇਕਾਰ ਬੰਦਿਆਂ ਨੂੰ ਅਸੀਂ ਜਿਹੜਾ ਉਹਦੇ ਠੇਕੇ ਦੇਵਾਂਗੇ। ਅਤੇ ਮੈਂ ਉਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਹਰੀਆਂ ਹੋਈਆਂ ਫੌਜਾਂ ਦੇ ਜਰਨੈਲ ਬਿਨਾਂ ਫੌਜਾਂ ਜਰਨੈਲ ਨੂੰ ਕਿ ਤੁਸੀਂ ਵੀ ਅਜੇ ਤੱਕ ਜਮਾਨਤ 'ਤੇ ਚੱਲ ਰਹੇ ਹੋ, ਡਰੱਗ ਵਾਲੀ ਜਮਾਨਤ 'ਤੇ ਆਏ ਹੋਏ ਹੋ, ਤੁਹਾਨੂੰ ਬੋਲਣ ਦਾ ਵੀ ਅਧਿਕਾਰ ਹੈ ਨਹੀਂ ਇਸ ਗੱਲ ਬਾਰੇ। ਕਿਰਪਾ ਕਰਕੇ ਇਹੋ ਜਿਹੀਆਂ ਜਿਹੜੀਆਂ ਸਿਆਣਪਾਂ ਜਾਂ ਪ੍ਰਵਚਨ ਆਪਦੇ ਕੋਲ ਹੀ ਰੱਖੋ। ਸਰਕਾਰ ਸਾਨੂੰ ਚਲਾਉਣੀ ਆਉਂਦੀ ਹੈ, ਅਸੀਂ ਚਲਾਵਾਂਗੇ।
हाँ इन्हां नालों बेहतर चलाउणी आउंदी है, असीं कोई माफिया नहीं पैदा कर रहे, ठीक है ना। सो बाकी लफाफे खोलणगे, एक मिनट रेवन्यू भी दस दें, लफाफे तो खोल लिए पहला, लफाफे खोलणगे जिहड़े कोर्ट दे विच पए ने, वह भी डर है। कहते जी लफाफे क्यों खोलते हैं, वो लफाफे पर कोर्ट च की करते हैं, लफाफे खोलणगे। रेवेन्यू की गल है, 61,580 मीट्रिक टन हो गया, सारे लफाफे जिन्ने पैने सी, मैं कह जी लफाफे च मैनू की पता की है, जो खुलने उदो पता लगूगा। रिपोर्टा ने जी अलग अलग एस आई टी की रिपोर्ट है, कोई किसी कमिशन की रिपोर्ट है, किसी का ड्रग च हाथ हो सकता है, किसी का कोई किसी होर जिहड़ा जुर्म च हाथ हो सकता है। बंद लफाफिया नूं सरकार ने अनुमति देती, सारे खोलो, पब्लिक के सामने खोलो, पोलिटिकल बंदियां दे वी ओह ब्यूरो क्रेडिट्स दे वी ਜਿਹੜਾ ਵੀ ਨਾ ਹੋਇਆ ਉਹਦੇ ਵਿੱਚ ਉਹਤੇ ਕਾਰਵਾਈ ਕਰਾਂਗੇ ਜੀ। ਅੱਜ ਸਕੂਲਰ ਸਾਹਿਬ ਮਾਮਲੇ ਵਿੱਚ ਸਾਹਿਬ ਨੇ ਪੁਲਿਸ ਵਾਲੇ ਕਰ ਦਿੱਤੇ ਨੇ, ਹਾਂਜੀ ਵਿਜੀਲੈਂਸ ਕੋ ਕੇਸ ਚਲਾ ਗਿਆ, ਸਾਧੂ ਸਿੰਘ ਧਰਮਸੋਤ ਵੀ ਉਸ ਦਾ ਵੀ ਨਾਮ ਹੈ ਕਿਉਂਕਿ ਪਹਿਲਾਂ ਬਹੁਤ ਨਾਮ ਉਛਲਿਆ ਸੀ, ਪ੍ਰੋਟੈਸਟ ਵੀ ਤੁਹਾਡੇ ਵੱਲੋਂ ਕੀਤੇ ਗਏ। ਦੇਖੋ ਜੀ, ਜਿਹਨੇ ਪੰਜਾਬ ਦਾ ਪੈਸਾ ਖਾਧਾ ਭਾਵੇਂ ਰੇਤੇ ਰਾਹੀਂ, ਭਾਵੇਂ ਵਜੀਫੇ ਰਾਹੀਂ, ਭਾਵੇਂ ਗਰੰਟਾਂ ਰਾਹੀਂ, ਭਾਵੇਂ ਉਹ ਸਕੂਲਾਂ ਰਾਹੀਂ, ਭਾਵੇਂ ਦਰਖਤਾਂ ਰਾਹੀਂ, ਭਾਵੇਂ ਸੜਕਾਂ ਰਾਹੀਂ, ਭਾਵੇਂ ਵੱਡੇ ਵੱਡੇ ਹੋਟਲ ਬਣਾ ਕੇ ਉਹਨਾਂ ਰਾਹੀਂ, ਜਿਵੇਂ ਮਰਜ਼ੀ ਭਾਵੇਂ ਨਜਾਇਜ਼ ਕਬਜ਼ੇ ਕਰਕੇ ਜਾਂ ਲੋਕਾਂ ਤੋਂ ਉਹਨਾਂ ਦੇ ਬਿਜ਼ਨਸ ਖੋਹ ਕੇ, ਜਿਹਨੇ ਵੀ ਕਿਸੇ ਵੀ ਕੰਮ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਖਾਧੀ ਹੈ, ਉਹ ਵਿਆਜ ਸਮੇਤ ਰਿਕਵਰੀ ਵੀ ਹੋਊਗੀ, ਪ੍ਰੋਪਰਟੀਜ਼ ਵੀ ਅਟੈਚ ਕਰਾਂਗੇ ਨਾਲ, ਅਤੇ ਨਾਲ ਖਜ਼ਾਨੇ ਦੇ ਵਿੱਚ ਜਾਊਗਾ। ਇਹਨਾਂ ਨੂੰ ਬੱਸਾਂ ਦੇ ਰੂਟ ਪਤਾ ਹੋਣਗੇ ਕਿ ਬੋਹਰ ਤੋਂ ਪਠਾਨਕੋਟ, ਬੋਹਰ ਤੋਂ ਚੰਡੀਗੜ੍ਹ, ਪਠਾਨਕੋਟ ਤੋਂ ਜੈਪੁਰ। ਸਾਡੀ ਸਰਕਾਰ ਦਾ ਅਤੇ ਭਗਵੰਤ ਮਾਨ ਦਾ ਇੱਕੋ ਹੀ ਰੂਟ ਜਾਣਦਾ ਹੈ, ਲੁਟੇਰਿਆਂ ਤੋਂ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਉਹਨਾਂ ਤੋਂ ਪੈਸੇ ਲੈ ਕੇ ਖਜ਼ਾਨੇ 'ਚ, ਖਜ਼ਾਨੇ ਤੋਂ ਅਗਲਾ ਰੂਟ ਲੋਕਾਂ ਦੇ ਕੰਮਾਂ 'ਤੇ, ਬਿਜਲੀ 'ਤੇ, ਸੜਕਾਂ 'ਤੇ, ਹਸਪਤਾਲਾਂ 'ਤੇ, ਸਕੂਲਾਂ 'ਤੇ, ਇਨਫਰਾਸਟ੍ਰਕਚਰ 'ਤੇ, ਰੋਜ਼ਗਾਰ 'ਤੇ। ਲਫਾਫਾ ਖੁੱਲਿਆ ਤਾਂ ਹੈ ਨੀ, ਤੈਨੂੰ ਕੀ ਪਤਾ ਫਿਰ, ਤੁਸੀਂ ਕਿਹਾ ਲਫਾਫਾ ਜਦੋਂ ਖੁੱਲੂਗਾ ਉਹ ਚ ਆਏ ਹੈ, ਤੁਹਾਨੂੰ ਪਤਾ ਜਿਹੜੀਆਂ ਪਹਿਲੀਆਂ ਰਿਪੋਰਟਾਂ ਆਈਆਂ ਨੇ ਜੀ ਲੀਕ ਹੋਈਆਂ ਨੇ, ਲੀਕ ਲੂਕ ਹੁੰਦਾ ਰਹਿੰਦਾ, ਤੁਸੀਂ ਆਪ ਹੀ ਕਰਦੇ ਰਹਿੰਦੇ ਹੋ ਕੰਮ ਆਪਦਾ, ਵੀ ਅੱਜ ਬ੍ਰੇਕਿੰਗ ਸੂਤਰਾਂ ਮੁਤਾਬਕ ਤਾਂ ਤੁਸੀਂ ਕਈ ਬੰਦੇ ਨੂੰ ਮਾਰ ਵੀ ਦਿੰਦੇ ਹੋ, ਬਾਅਦ 'ਚ ਕਹਿੰਦੇ ਨਹੀਂ ਨਹੀਂ ਉਹ ਬਾਅਦ 'ਚ ਪਤਾ ਲੱਗਿਆ ਵੀ ਨਹੀਂ ਠੀਕ ਹੈ, ਮੰਤਰੀ ਬਦਲ ਦਿੰਦੇ ਹੋ, ਤੁਸੀਂ ਮੇਰੀ ਕੈਬਨਿਟ ਹੀ ਬਣਾਤੀ ਸੀ ਇੱਕ ਵਾਰੀ, ਕਹਿੰਦੇ ਤਿੰਨ ਨੂੰ ਬਦਲਣਗੇ, ਤਿੰਨ ਨਵੇਂ ਲੈਣਗੇ, ਮੇਰੇ ਕੋਲ ਨਾਮ ਨੇ ਪਤਾ ਨਹੀਂ ਹਜੇ ਤੱਕ। ਹਾਂਜੀ ਸੁਪਰੀਮ ਕੋਰਟ ਵੱਲੋਂ ਜਿਹੜਾ ਇੱਕ ਸੂਬੇ ਦੇ ਰਾਜਪਾਲ ਨੂੰ ਜਿਹੜੀ ਸਲਾਹ ਦਿੱਤੀ ਗਈ ਹੈ ਕਿ ਸਟੇਟ ਦੇ ਮੈਟਰਸ ਦੇ ਵਿੱਚ ਤੁਸੀਂ ਇੰਟਰਵੀਨ ਨਾ ਕਰੋ, ਸਲਾਹ ਕਿਉਂ ਜੀ, ਸੰਵਿਧਾਨ ਕਹਿੰਦਾ ਜੀ, ਮੈਂ ਥੋੜ੍ਹੀ ਕਹਿੰਦਾ, ਸੰਵਿਧਾਨ ਹੈ ਜੀ ਕਿ ਚੁਣੀ ਹੋਈ ਸਰਕਾਰ ਜਿਹੜੀ ਉਹ ਕੰਮ ਕਰੂਗੀ, ਚੁਣੀ ਹੋਈ ਸਰਕਾਰ ਜਿਹੜੀ ਉਹ ਕੰਮ ਕਰੂਗੀ, ਫੈਸਲੇ ਲਊਗੀ, ਸਕੂਲਾਂ ਦੇ ਪ੍ਰਿੰਸੀਪਲ ਕਿੱਥੇ ਭੇਜਣੇ ਨੇ, ਕਿੱਥੋਂ ਪੜ੍ਹਾ ਕੇ, ਕਿੱਥੋਂ ਟ੍ਰੇਨਿੰਗ ਦਵਾਉਣੀ ਹੈ, ਕਿੰਨੇ ਪੈਸੇ ਖਰਚੇ ਜਾਣਗੇ, ਸਰ ਮੇਰਾ ਕੰਮ ਹੈ ਜੀ, ਸਾਡੇ ਫਾਈਨਾਂਸ ਮਿਨਿਸਟਰ ਦਾ ਕੰਮ ਹੈ, ਬਜਟ ਸਾਡੇ ਕੋਲ ਹੈਗਾ, ਬਜਟ ਪੇਸ਼ ਕਰਾਂਗੇ, ਉਹ 'ਚ ਹਰ ਚੀਜ਼ ਵਾਸਤੇ ਬਜਟ ਰੱਖਾਂਗੇ, ਅਤੇ ਇਹ ਥੋੜ੍ਹੀ ਹੈ ਕਿ ਅਸੀਂ 3 ਕਰੋੜ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਹਾਂ, ਉਹ ਅਸੀਂ ਕਿਸੇ ਖਾਸ ਸਿਲੈਕਟਡ ਨੂੰ ਜਵਾਬ ਦੇ ਨਹੀਂ ਹੈ। ਐਲਓਪੀ ਸਾਹਿਬ ਬਿਲਕੁਲ ਫਿਕਰ ਨਾ ਕਰਨਾ, ਸਾਨੂੰ ਚਲਾਉਣਾ ਹੁੰਦਾ ਸਾਰਾ ਕੁਛ, ਐਲਓਪੀ ਸਾਹਿਬ ਦੀ ਹੁਣ ਜਿਹੜੀ ਤਮੰਨਾ ਕੋਈ ਪੂਰੀ ਨਹੀਂ ਹੋਈ, ਇਹ 'ਚ ਮੇਰਾ ਕੀ ਕਸੂਰ ਹੈ ਲੋਕਾਂ ਨਾਲ ਗੱਲ ਕਰਨ, ਅਤੇ ਨਾਲੇ ਮੈਂ ਇੱਕ ਤੁਹਾਨੂੰ ਪੁੱਛਣਾ ਚਾਹੁੰਦਾ, ਕਿੰਨੀ ਵਾਰੀ ਤੁਸੀਂ ਮੈਨੂੰ ਮਿਲ ਲਏ, ਕੈਪਟਨ ਅਮਰਿੰਦਰ ਸਿੰਘ ਨੇ ਕਿੰਨੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਸੀ, ਕਦੇ ਮਿਲੇ ਸੀ ਇਹਨਾਂ ਨੇੜਿਓ? ਮੈਂ ਤੁਹਾਡੇ ਨੇੜੇ ਹੋ ਕੇ ਗੱਲ ਕਰਦਾ, ਦਿਖਾ ਦਿਆ ਕਰੋ ਬਸ ਜਿਹੜੀ ਚੀਜ਼ ਬੋਲਦੇ ਹਾਂ, ਠੀਕ ਹੈ ਨਾ। ਮੈਨੂੰ ਪਤਾ ਕਿ ਤੁਹਾਨੂੰ ਵੀ ਕੰਟੈਂਟ ਚਾਹੀਦਾ, ਪਰ ਮੇਰੇ ਵੱਲੋਂ ਜਿਹੜਾ ਕੰਟੈਂਟ ਮਿਲੂ ਹਮੇਸ਼ਾ ਲੋਕ ਪੱਖੀ ਮਿਲੂਗਾ, ਮੈਂ ਨੈਗੇਟਿਵ ਗੱਲ ਕਦੇ ਨਹੀਂ ਕਰਦਾ, ਅਤੇ ਇਸੇ ਕਰਕੇ ਮੈਂ ਉਸ ਦਿਨ ਕਿਹਾ ਸੀਗਾ ਕਿ ਉਹਨਾਂ 'ਤੇ ਜਿਨ੍ਹਾਂ ਨੇ ਟੋਲ ਪਲਾਜ਼ੇ ਲਾਏ ਸੀਗੇ, ਉਹਨਾਂ ਕਿਹੜੇ ਕਿਹੜੇ ਮੰਤਰੀਆਂ ਦੇ ਸਹਿਣ ਸੀ, ਉਹ ਤੋਂ ਬਾਅਦ ਫਿਰ ਪ੍ਰੈਸ ਕਾਨਫਰੰਸ ਆਈਆਂ ਨੇ ਦੋਨਾਂ ਦੀਆਂ। ਕੈਪਟਨ ਨੂੰ ਐਡਾ ਵਧੀਆ ਬੋਲਣਾ ਹੀ ਨਹੀਂ ਆਉਂਦਾ ਸੀ। ਹੈ ਜੀ ਸਾਹਿਬ, ਪਿਛਲੇ ਕੱਲ੍ਹ ਐਮਐਲਏ ਸਾਹਿਬ ਦੇ ਪੀਏ ਫੜੇ ਗਏ ਨੇ ਬਠਿੰਡਾ, ਜੋ ਸ਼ਿਕਾਇਤਕਰਤਾ ਨੇ ਉਹ ਕਹਿ ਰਹੇ ਨੇ ਕਿ ਇਸ ਦੇ ਵਿੱਚ ਐਮਐਲਏ ਸਾਹਿਬ, ਮੈਂ ਤੁਹਾਨੂੰ ਦੱਸਿਆ ਤਾਂ ਹੈਗਾ, ਭਾਵੇਂ ਰੇਤੇ ਰਾਹੀਂ, ਭਾਵੇਂ ਬੱਸਾਂ ਰਾਹੀਂ, ਭਾਵੇਂ ਗਰੰਟਾਂ ਰਾਹੀਂ, ਜਿਹੜਾ ਮਰਜ਼ੀ ਹੋਵੇ, ਜਿਹੜੀ ਮਰਜ਼ੀ ਪਾਰਟੀ ਦਾ ਹੋਵੇ, ਕਾਨੂੰਨ
हरेक वास्ते एक है, कार्रवाई होगी। साढ़े वालों कोई पक्षपात नहीं किया जाऊगा, नहीं तो अगर जी असी पक्षपात कर लग गए साढ़े फिर उन फर्क रह गया। जो साढ़े 3 करोड़ जो 3 करोड़ लोगों ने साढ़े विश्वास किया, यकीन किया, वो असी कायम रखने, सारी टीम साड़ी जी है वो कायम रखा। बिचों जो कोई एक अद्धा जोड़ा कोई इस तरह के पक फड़िया जाऊगा, भावें साढ़ा भावें उन्होंने, तो असी उस कोई पक्षपात नहीं करेंगे। सारे जिन्होंने जेडे जेडे करप्ट ने, जिन्होंने पैसा खाधा, मैं उन्होंने प्यार ना कहना चाहना, सबर रखो, सब की बारी आओगी।